ਉੱਤਰ ਭਾਰਤ ਵਿੱਚ ਬੀਤੇ ਦਿਨੀ ਹੋਈ ਭਾਰੀ ਬਾਰਿਸ਼ ਕਾਰਨ ਜਿੱਥੇ ਆਮ ਜਨਜੀਵਨ ਠੱਪ ਹੋ ਗਿਆ ਹੈ, ਉੱਥੇ ਹੀ ਤਰਨ ਤਾਰਨ ਜ਼ਿਲ੍ਹੇ 'ਚ ਮੀਂਹ ਤੋਂ ਹੋਏ ਨੁਕਸਾਨ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਇਜ਼ਾ ਲਿੱਤਾ ਗਿਆ। ਇਸ ਦੇ ਨਾਲ ਹੀ ਬਿਆਸ ਨਦੀ ਅਤੇ ਆਸ ਪਾਸ ਦੇ ਇਲਾਕਿਆਂ ਦਾ ਵੀ ਹਵਾਈ ਸਰਵੇਖਣ ਕੀਤਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਮਰਕੋਟ ਹਲਕੇ ਦੇ ਕਿਸਾਨਾਂ ਨਾਲ ਖਾਸ ਮੁਲਾਕਾਤ ਕੀਤੀ ਗਈ ਅਤੇ ਇਸ ਮੌਕੇ ਲੋਕਾਂ ਨੂੰ ਭਰੋਸਾ ਦਿਲਾਇਆ ਕਿ ਨੁਕਸਾਨ ਦੀ ਭਰਪਾਈ ਕੀਤੀ ਜਾਏਗੀ। ਮਰਡਰ ਹੋ ਗਿਆ ਸਰ, ਮਰਡਰ ਹੋ ਗਿਆ ਜੀ, ਬੰਦੇ ਦੇ ਹੀ ਪਰ ਹੋ ਗਿਆ ਜੀ, ਆਈ ਹੈ ਜੀ, ਮੈਂ ਕਹਿੰਦਾ ਸੀ ਡੀ ਲੈ ਕੇ ਪਰਚਾ ਦਰਜ ਕਰਕੇ ਮਾਰ ਹੋ ਗਿਆ ਠੀਕ ਹੈ ਜੀ। ਐਲਾਨ ਕੀ ਕਰ ਰਿਹਾ? ਮੈਂ ਤਾਂ ਲੋਕਾਂ ਨੂੰ ਮਿਲਣ ਆਇਆ, ਔਰ ਜੋ ਉਹਨਾਂ ਦੀ ਪ੍ਰੋਬਲਮਸ ਨੇ ਉਹ ਡਿਪਟੀ ਕਮਿਸ਼ਨਰ ਸਾਹਿਬ ਔਰ ਸਾਡੇ ਐਮ ਐਲ ਏ ਸਾਹਿਬਾਨ ਸਾਰੇ ਇਹਨਾਂ ਨੋਟ ਕੀਤਾ। ਉਹ ਜੋ ਸਪੈਸ਼ਲ ਗਿਰਦਾਰੀ ਹੈ ਉਹ 4 ਦਿਨ 'ਚ ਮੈਨੂੰ ਰਿਪੋਰਟ ਆ ਜਾਏਗੀ, ਜੋ ਘਰ ਡਿੱਗੇ ਨੇ ਉਹਨਾਂ ਦੀ ਵੀ ਆ ਜਾਣੀ ਹੈ, ਜੋ ਹੋਰ ਕੋਈ ਨੁਕਸਾਨ ਹੋਇਆ ਕਿਸੇ ਦਾ ਉਹ ਵੀ ਆ ਜਾਣਾ। ਤਾਂ ਅਸੀਂ ਇਮੀਡੀਏਟਲੀ ਆਪਣੇ ਰਿਲੀਫ ਫੰਡਸ ਤੋਂ ਪੈਸੇ ਦੇਵਾਂਗੇ ਤਾਂ ਕਿ ਕੋਈ ਪ੍ਰੋਬਲਮ ਨਾ ਹੋਵੇ। ਡਿਫੈਂਸ ਮੰਨ ਦੇ ਨਾਲ 24 ਪੁਲ ਨੇ ਅੰਮ੍ਰਿਤਸਰ ਤੋਂ ਲੈ ਕੇ ਹੋਰ ਤੱਕ, ਉਹ ਪੁਲ ਮੈਂ ਆਰਮੀ ਕਮਾਂਡਰ ਸਾਹਿਬ ਨਾਲ ਗੱਲ ਕਰ ਚੁੱਕਿਆ ਔਰ ਉਹਨਾਂ ਨੇ ਮੈਨੂੰ ਕਹਿ ਤਾ ਕਿ ਤੁਸੀਂ ਬਣਾ ਕੇ ਇਹ ਪੁਲ ਦੀ ਡਿਟੇਲ ਸਾਨੂੰ ਦੇ ਦਿਓ। ਤੋ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੈਂ ਕਹਿਤਾ, ਅੱਜ ਮੈਂ ਇਹਨਾਂ ਨੂੰ ਦਫ਼ਤਰ ਵਾਲਿਆਂ ਨੂੰ ਕਹਿਤਾ ਕਿ ਬਣਾ ਕੇ ਪੁਲਾਂ ਦੀ ਡਿਟੇਲ ਦੇ ਦਿਓ, ਉਹ ਬਦਲ ਦੇਣੇ ਉਹਨਾਂ ਨੂੰ, ਕਿਉਂਕਿ ਉਹਨਾਂ ਵਾਸਤੇ ਵੀ ਜ਼ਰੂਰੀ ਹੈ, ਸਿਰਫ ਸਾਡੇ ਵਾਸਤੇ ਨਹੀਂ, ਹੁਣ ਟੈਂਕ ਹੋ ਗਏ ਬੜੇ ਭਾਰੀ ਔਰ ਇਹ ਛੋਟੇ ਪੁਲਾਂ ਦੇ ਉੱਪਰ ਹੀ ਲੰਘ ਨਹੀਂ ਸਕਦੇ, ਸੋ ਉਹਨਾਂ ਨੂੰ ਵੱਡੇ ਵੱਡੇ ਪੁਲ ਬਣਾਉਣੇ ਪੈਣਗੇ। ਕੈਮਰਾਮੈਨ ਨੰਨਾ ਫਿਲੋਰ ਨਾਲ ਨੀਰ ਦੀ ਰਿਪੋਰਟ, ਬ੍ਰੇਕਿੰਗ ਨਿਊਜ਼, ਪੰਜਾਬ।